ਗੁਰਸੇਵਕ ਸਿੰਘ ਆ ਜੀ। ਗੁਰਸੇਵਕ ਜੀ, ਕਿਹੜੇ ਪਿੰਡ ਦੇ ਗੁਰਦੁਆਰੇ ਦੇ ਵਿੱਚ ਤੁਸੀਂ ਗ੍ਰੰਥੀ ਹੈ? ਪਿੰਡ ਸੂਲਰ ਜੀ, ਗ੍ਰੰਥੀ ਸਾਹਿਬ ਉੱਥੇ। ਹਾਂਜੀ ਹਾਂ। ਇਹ ਕੀ ਘਟਨਾ ਵਾਪਰੀ ਹੈਗੀ ਜੀ ਅੱਜ? ਇਹ 5 ਵਜੇ ਦੀ ਘਟਨਾ ਸਵੇਰੇ ਅੰਮ੍ਰਿਤ ਵੇਲੇ ਜੀ। ਹਾਂਜੀ। ਮੈਂ ਜਪਜੀ ਸਾਹਿਬ ਦਾ ਪਾਠ ਲਾ ਕੇ ਕਰ ਨਿਤਨੇਮ, ਅਤੇ ਉੱਧਰੋਂ ਆ ਕੇ ਬੰਦਾ ਉਹ ਭੋਲਾ ਸਿੰਘ ਗੱਲੇ ਦੇ ਕੋਲ ਖੜ ਕੇ ਮਾਵਾਂ ਭੈਣਾਂ ਦੀ ਗਾਲਾਂ ਲੱਗ ਦੇਣ, ਕਹਿੰਦਾ ਬਾਹਰ ਆ ਤੂੰ। ਚਲੋ, ਆਪਾਂ ਨੇ ਬਾਹਰ ਕੀ ਆਉਣਾ ਸੀ, ਮੰਦਰ ਬੈਠੇ ਹਾਂ, ਪਾਠ ਕਰ ਰਿਹਾ ਸੀਗਾ, ਅੰਦਰੋਂ ਕੁੰਡੀ ਲਾ ਲਈ ਉਹ। ਅਤੇ ਜਦੋਂ ਮੈਂ ਕੁੰਡੀ ਲਾਈ ਤਾਂ ਉਹ ਲੋਹੇ ਦੀ ਗੰਧਾਲੀ ਸੀ, ਉਹ ਲੈ ਆਇਆ, ਕਹਿੰਦਾ ਬਾਹਰ ਖੋਲ੍ਹ। ਉਹ ਸ਼ੀਸ਼ੇ ਤੋੜਨ ਲੱਗੇ, ਸਾਰੇ ਸ਼ੀਸ਼ੇ ਬੰਦੇ ਥੜਾ ਸਾਹਿਬ ਦੇ। ਅਤੇ ਫਿਰ ਉਦੋਂ ਬਾਅਦ 'ਚ ਜਦੋਂ ਮਾਰ ਲੱਗਿਆ, ਉਹ ਮੈਂ ਤੀਰ ਨਾਲ ਰੋਕ ਲਿਆ ਕਰਾਂ, ਮਤਲਬ ਕਿ ਅੰਦਰ ਨਹੀਂ ਵੜਨ ਦਿੱਤਾ ਜੀ। ਉਹ ਬਾਹਰ ਖੜਿਆ ਸੀ, ਬਾਹਰਲੀ ਸਾਈਡ ਮੈਂ ਅੰਦਰ ਸੀ ਥੜਾ ਸਾਹਿਬ 'ਤੇ, ਉਹ ਤੀਰ ਟੁੱਟ ਗਿਆ। ਉਦੋਂ ਬਾਅਦ 'ਚ ਫਿਰ ਮੈਂ ਕਿਰਪਾਨ ਲਈ, ਉਹ ਮਾਰਿਆ ਕਰੇ, ਫਿਰ ਮੈਂ ਰੋਕ ਲਿਆ ਕਰਾਂ। ਫਿਰ ਇੰਨੇ ਸੰਗਤ ਆ ਗਈ, ਭਾਈ ਬਿੰਦਰ ਸਿੰਘ ਇਹ ਕਮੇਟੀ ਮੈਂਬਰ ਨੇ ਆਪਣੇ, ਅਤੇ ਇਹਨਾਂ ਨੇ ਆ ਕੇ ਸਾਰਾ ਕੁਛ ਪੱਟੀਆਂ ਵਗੈਰਾ ਕਰੀਆਂ, ਸਾਰੀ ਸੈਟਿੰਗ ਕਰੀ ਆ ਕੇ। ਹਾਂ, ਮੇਰੇ ਵੇਖੋ ਸਤਿਗੁਰਾਂ ਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸਾਰੇ ਸ਼ੀਸ਼ੇ ਜਿਹੜੇ ਖੁਦਾਂ ਮਾਰ ਮਾਰ ਕੇ ਉਹਨੇ ਭੰਨੇ ਸੀ, ਉਹ ਸਾਰੇ ਗੁਰੂ ਗ੍ਰੰਥ ਸਾਹਿਬ ਦੇ, ਥੜਾ ਸਾਹਿਬ ਦੇ ਸ਼ੀਸ਼ੇ ਲੱਗੇ ਨੇ, ਰਮਾਲਾ ਸਾਹਿਬ ਦੇ ਉੱਤੇ ਸਾਰੇ। ਗੁਰੂ ਗ੍ਰੰਥ ਸਾਹਿਬ ਦਾ ਕੋਈ ਨੁਕਸਾਨ ਹੋਣ ਤੋਂ ਬਚ ਗਿਆ ਜੀ? ਹਾਂਜੀ, ਸ਼ੀਸ਼ੇ ਵੱਜੇ, ਸ਼ੀਸ਼ੇ ਲੱਗੇ। ਵੈਸੇ ਵਿਆਹ ਦੀ ਹੋਈ ਹੈ, ਗੁਰੂ ਪਾਤਸ਼ਾਹ ਦੀ ਬਹੁਤ ਵੱਡੀ, ਉਹ ਸ਼ੀਸ਼ੇ ਲੱਗੇ ਨੇ ਉਹਨਾਂ ਸਤਿਗੁਰਾਂ ਦੇ ਉੱਤੇ। ਅਤੇ ਹੁਣ ਤੁਸੀਂ ਜਿਹੜਾ ਪੁਲਿਸ ਪ੍ਰਸ਼ਾਸਨ ਆਇਆ ਜੀ, ਕੀ ਕਹਿਣਾ ਚਾਹੁੰਦੇ ਹੈਗੇ? ਪੁਲਿਸ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਜੀ? ਹਾਂਜੀ, ਉਹ ਜਿੱਦਾਂ ਆਪਣੇ ਪਿੰਡ ਨਗਰ ਦੀ ਆਪਣੀ ਕਮੇਟੀ ਹੈ ਸੰਗਤ ਲੱਗ ਗਈ ਜੀ। ਕਿੱਥੋਂ ਦਾ ਬੰਦਾ? ਹਾਂਜੀ, ਪਿੰਡ ਇੱਥੇ ਦੀ ਲੋਕਲ ਹੈ ਜੀ ਬੰਦਾ? ਹਾਂਜੀ ਹਾਂ, ਆਪਣੇ ਪਿੰਡ ਦੀ। ਕੀ ਮੰਗ ਕਰਦੇ ਜੀ? ਕੈਮਰੇ ਲੱਗੇ ਹੋਏ ਨੇ ਜੀ? ਹਾਂਜੀ, ਕੈਮਰੇ ਲੱਗੇ ਹੋਏ ਸੀ, ਸਾਰਾ ਕੁਛ, ਵੀਡੀਓ ਰਿਕਾਰਡਿੰਗ ਆ ਸਾਰਾ ਕੁਛ। ਕੀ ਨਾਮ ਹੈ ਜੀ? ਸੁਖਵਿੰਦਰ ਸਿੰਘ ਹੈ ਜੀ। ਸੁਖਵਿੰਦਰ ਜੀ, ਤੁਸੀਂ ਇੱਥੇ ਪਿੰਡ ਦੇ ਰਹਿਣ ਵਾਲੇ? ਪਿੰਡ ਦੇ ਰਹਿਣ ਵਾਲੇ। ਕਮੇਟੀ 'ਚ ਕਿਸ ਸਥਾਨ? ਕਮੇਟੀ ਮੈਂਬਰ ਹੈ, ਸੈਕਟਰੀ। ਅੱਛਾ, ਕੀ ਘਟਨਾ ਵਾਪਰੀ ਹੈ ਜੀ, ਕਿਵੇਂ ਵਾਪਰੀ ਹੈ, ਕੀ ਕਿੰਨਾ ਕੁ ਬਚਾਅ ਰਹੇ ਜੀ? ਸਰ, ਇਹ ਨਾ ਸਵੇਰੇ ਤਕਰੀਬਨ 5 ਵਜੇ ਦੀ ਗੱਲ ਹੈ ਜੀ, ਅਤੇ ਉਦੋਂ ਪਹਿਲਾਂ ਨਾ, ਮੇਰੇ ਆਉਣ ਤੋਂ ਤਕਰੀਬਨ 3 ਕੁ ਮਿੰਟ ਪਹਿਲਾਂ ਜੀ, ਅਤੇ ਜਦੋਂ ਮੈਂ ਡਿਊਟੀ ਸਾਹਿਬ ਦਾ ਗੇਟ ਵੜਿਆ ਨਾ, ਹੁਣ ਉਦੋਂ ਪਤਾ ਲੱਗਿਆ ਵੀ ਬਾਬਾ ਜੀ 'ਤੇ ਕੋਈ ਹਮਲਾ ਹੋ ਗਿਆ। ਅਤੇ ਮੈਂ ਫਟਾਫਟ, ਮੇਰੇ ਆਉਣ ਤੋਂ ਪਹਿਲਾਂ 1 ਮਿੰਟ ਬੰਦਾ ਨਿਕਲ ਗਿਆ ਸੀ, ਲੈ ਗਏ ਸੀ ਉਹਨੂੰ ਜੀ। ਅਤੇ ਮੈਂ ਜਦੋਂ ਅੰਦਰ ਦੇਖਾ, ਬਾਬਾ ਜੀ ਦੇ ਲਹੂ ਬਹੁਤ ਚੱਲ ਰਿਹਾ ਸੀ ਜੀ। ਅਤੇ ਫਿਰ ਮੈਂ ਬਾਬਾ ਜੀ ਦੀ ਮਲਮ ਪੱਟੀ ਕਰੀ, ਅਤੇ ਮਲਮ ਪੱਟੀ ਕਰਕੇ ਉਦੋਂ ਬਾਅਦ ਇਹਨੇ ਪੱਟੀਆਂ ਪੁੱਟੀਆਂ ਕਰਕੇ ਫਿਰ ਅਸੀਂ ਪ੍ਰਧਾਨ ਜੀ ਨੂੰ ਫੋਨ ਕਰਿਆ ਜੀ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਨੁਕਸਾਨ ਹੋਇਆ? ਨਹੀਂ, ਨੁਕਸਾਨ ਨਹੀਂ ਹੋਇਆ, ਉਹਦੇ ਉੱਪਰ ਨਾ ਸ਼ੀਸ਼ੇ ਟੁੱਟ ਕੇ ਉੱਪਰ ਡਿੱਗੇ ਪਏ ਸੀ। ਹਾਂ ਜੀ, ਬਾਕੀ ਬਾਬਾ ਜੀ ਨੇ ਨਾ, ਗੁਰੂ ਗ੍ਰੰਥ ਸਾਹਿਬ ਦਾ ਨੁਕਸਾਨ ਨਹੀਂ ਹੋਣਾ, ਤਾਂ ਮਤਲਬ ਇਹਨਾਂ ਨੇ ਜਿਹੜਾ ਵਾਰ ਕਰਦਾ ਸੀਗਾ, ਇਹਨਾਂ ਨੇ ਆਪਦੀ ਉਹਦੇ ਨਾਲ ਰੋਕਿਆ ਜੀ। ਉਹ ਆਪਣੇ ਕੋਲ ਨਾ, ਉਹਨਾਂ ਸੀ ਕੋਈ ਨਾ, ਜਿਵੇਂ ਲੋਹੇ ਦੀ ਨਾ ਕੋਈ ਰਾੜ ਜੀ ਹੁੰਦੀ ਹੈ ਜੀ, ਉਸ ਤਰ੍ਹਾਂ ਲੱਗੀ। ਹਾਂਜੀ, ਉਦੋਂ ਬਾਅਦ ਅਸੀਂ ਪੁਲਿਸ ਨੂੰ ਫੋਨ ਕਰਤਾ ਸਰ, ਪੁਲਿਸ ਉਦੋਂ ਬਾਅਦ ਹੀ 5 ਮਿੰਟਾਂ ਬਾਅਦ ਪ੍ਰਸ਼ਾਸਨ ਆ ਗਿਆ ਜੀ। ਚਲੋ, ਉਹਨੂੰ ਉਦੋਂ ਬਾਅਦ ਪਕੜ ਕੇ ਲੈ ਗਏ। ਬੰਦਾ ਕਈ ਕਾਰਨ ਸੀਗਾ ਉਹਦਾ, ਜਿਹੜਾ ਇਹ ਘਟਨਾ ਨੂੰ ਅੰਜਾਮ ਦੇਣ ਦਾ? ਕੋਈ ਰੰਜਸ ਹੋ ਸਕਦੀ ਹੈ ਜੀ, ਕੋਈ ਹੋਰ, ਜਾਂ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਕਰਨਾ, ਹੁਣ ਆਪਾਂ ਕਹਿ ਨਹੀਂ ਸਕਦੇ ਜੀ। ਕੋਈ ਮਾਨਸਿਕ ਤੌਰ ਤੇ ਵੀ ਪਰੇਸ਼ਾਨ? ਨਹੀਂ ਜੀ, ਨਹੀਂ ਨਹੀਂ, ਠੀਕ ਸੀ। ਕੋਈ ਕੀ ਕਰਦਾ ਜੀ ਬੰਦਾ ਕੰਮ? ਬੰਦਾ ਬਸ ਘਰ ਹੀ ਆ ਜੀ, ਵਿਹਲਾ ਰਹਿੰਦਾ ਜੀ, ਕੋਈ ਕੰਮ ਨਹੀਂ। ਉਹਦੀ ਉਮਰ ਤਕਰੀਬਨ 52-52 ਸਾਲ ਦੀ ਉਮਰ ਹੋਣੀ ਜੀ। ਅੰਦਾਜ਼ਾ ਆਉਂਦਾ ਸੀਗਾ ਪਹਿਲਾਂ ਗੁਰੂ ਘਰ? ਗੁਰੂ ਘਰ ਜੀ ਮੈਂ ਸਵੇਰੇ ਦੇਖਿਆ, ਦਿਨੇ ਦਿਨੇ ਤਾਂ ਆ ਜਾਂਦਾ ਹੁੰਦਾ, ਕੋਈ ਸਵੇਰੇ ਮੱਥਾ ਟੇਕ ਨਹੀਂ ਦੇਖਿਆ ਕਦੇ ਆਉਂਦਾ ਜੀ। ਹਾਂਜੀ, ਉਹ ਵੀ ਜ਼ਿਮੀਂਦਾਰ ਭਰਾ? ਜ਼ਿਮੀਂਦਾਰ ਭਰਾ ਜੀ, ਭਾਵਾਂ 'ਚੋਂ ਆ ਜੀ, ਜ਼ਿਮੀਂਦਾਰ ਭਰਾ ਜੀ। ਕਿਸ ਤਰ੍ਹਾਂ ਦੀ ਹੁਣ ਪਿੰਡ 'ਚ ਕਿਹੋ ਜਿਹਾ ਮਾਹੌਲ ਹੈ ਜਿਵੇਂ ਗੁਰੂ ਘਰ? ਮਾਹੌਲ 'ਚ ਤਾਂ ਜੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਖੜ੍ਹੇ ਮਹਾਰਾਜ ਦੇ, ਕਿਉਂਕਿ ਬਾਬਾ ਜੀ ਦੇ ਨਾਲ ਖੜ੍ਹਾ ਹੈ ਸਾਰਾ ਨਗਰ, ਵੀ ਜਿਵੇਂ ਇਹਨੂੰ ਮਤਲਬ ਇਨਸਾਫ ਮਿਲਣਾ ਜ਼ਰੂਰੀ ਹੈਗਾ। ਅਸੀਂ ਪ੍ਰਸ਼ਾਸਨ ਤੋਂ ਵੀ ਇਹੀ ਮੰਗ ਕਰੀ ਆ। ਕੈਮਰੇ ਲੱਗੇ ਹੋਣੇ ਜੀ? ਬਾਕੀ ਉਹ ਸਤਿਕਾਰ ਕਮੇਟੀ ਆ ਗਈ ਫਤਿਹਗੜ੍ਹ ਸਾਹਿਬ ਤੋਂ, ਕੈਮਰੇ 'ਚ ਆ ਗਈ ਸਾਰੀ? ਕੈਮਰੇ 'ਚ ਆ ਗਈ ਸਾਰੀ, ਉਹ ਆਪਣਾ ਪੁਲਿਸ ਪ੍ਰਸ਼ਾਸਨ ਨੂੰ ਕੱਢ ਕੇ ਲੈ ਗਿਆ ਜੀ, ਵੀਡੀਓ ਜਿਹੜੀ ਬਣਾ ਰਹੇ ਸੀਗੇ। ਹਾਂਜੀ ਸਾਹਿਬ ਦਾ ਫੋਨ ਆਇਆ ਸੀ ਕਿਸ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਬੇਅਦਬੀ ਹੋ ਗਈ, ਜਿਹਦੇ ਸੰਬੰਧ 'ਚ ਮੈਂ ਮੌਕੇ 'ਤੇ ਪੁਲਿਸ ਪਹੁੰਚ ਗਈ ਸੀ, ਅਸੀਂ ਪਹੁੰਚ ਗਏ ਸੀ, ਅਤੇ ਮੈਂ ਮੌਕੇ 'ਤੇ ਜਿਹੜਾ ਮਹਾਰਾਜ ਦੇ ਸਰੂਪ ਦੇ ਵਾਲੇ ਕੈਬਿਨ ਬਣਿਆ ਹੁੰਦਾ ਸ਼ੀਸ਼ੇ ਵਾਲਾ, ਉਹਨੂੰ ਭੰਨਿਆ ਗਿਆ, ਅਤੇ ਜਿਹੜਾ ਪਾਠੀ ਸਿੰਘ ਸੀ ਜੋ ਪਾਠ ਕਰ ਰਿਹਾ ਸੀ ਮੌਕੇ 'ਤੇ, ਉਹਨੀਆਂ ਸੱਟਾਂ ਮਾਰੀਆਂ ਉਹਦੀ, ਅਤੇ ਉਹਨੂੰ ਰਾਊਂਡ ਅਪ ਕਰ ਰਿਹਾ ਸੀ, ਅਤੇ ਉਹਦੇ ਖਿਲਾਫ਼ ਕਿਉਂਕਿ ਉਹਨੂੰ ਪਾਠੀ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਇਸ ਲਈ ਉਹਦੇ ਖਿਲਾਫ਼ 307 ਅਧੀਨ ਪਰਚਾ ਦੇਵਾਂਗੇ। ਜਿਹੜੀ ਬੇਅਦਬੀ ਹੋਈ ਹੈ ਉਹਦੇ ਅਧੀਨ ਅਸੀਂ 295 ਦਾ ਪਰਚਾ ਦੇਵਾਂਗੇ। ਇਹ ਪਿੰਡ ਦਾ ਹੀ ਬੰਦਾ ਜਿਹੜੇ? ਹਾਂ, ਇਹ ਪਿੰਡ ਦਾ ਹੀ ਹੈ, ਮਨਜੀਤ ਨਾਂ ਦਾ ਵਿਅਕਤੀ ਹੈ ਪਿੰਡ ਦਾ। ਬੈਕਗ੍ਰਾਊਂਡ ਕਿਸ ਤਰ੍ਹਾਂ ਦੀ, ਇਹਦੀ ਕੋਈ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਜਾਂ ਵੈਸੇ ਹੀ ਜਾਂ? ਇਹ ਅੱਜ ਜਾਂਚ ਦਾ ਵਿਸ਼ੇ, ਅਜੇ ਅਸੀਂ ਸਮਾਂ ਵੀ ਕਰਾਂਗੇ ਸਾਰਾ ਕੁਛ, ਅਤੇ ਉਸ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਾ ਦੱਸਿਆ ਜਾਊਗਾ।